ਹਾਂ ਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਇਹੀ ਪ੍ਰਵਚੀਆਂ ਸੇ ਲੈ ਕੇ ਆਏ ਜੀ, ਸੰਧੂ ਡੇਅਰੀ ਫਾਰਮ ਚੋਂ ਬਾਈ ਵੀਡੀਓ ਬਣਾ ਰਹੇ ਹਾਂ। ਅਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ, ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ। ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ, ਮੇਰੇ ਨਾਲ ਕਨੈਕਟ ਕਰ ਲਓ। ਕੰਟੈਕਟ ਨੰਬਰ ਨੋਟ ਕਰੋ, 8146461512। ਆਓ ਪੁੱਛ ਲੈਂਦੇ ਬਾਈ ਤੁਹਾਡੇ। ਅੱਜ ਬਾਈ ਜੀ, ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਹੋਰ ਠੀਕ ਹੋ? ਵਧੀਆ, ਚੜ੍ਹਦੀ ਕਲਾਈ। ਨਾਮ ਤੇ ਐਡਰੈਸ? ਨਾਮ ਬਾਈ ਧਰਮਿੰਦਰ ਸਿੰਘ ਜੀ, ਪਿੰਡ ਸੰਧੂ ਕਲਾਂ, ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ। ਠੀਕ ਹੈ ਬਾਈ। ਕਿੰਨੀਆਂ ਬੱਚੀਆਂ ਨੇ ਅੱਜ ਬਾਈ ਆਪਣੇ ਕੋਲ? ਵੀਰੇ 7 ਨਾਗ ਆ ਜੀ। ਠੀਕ ਹੈ ਜੀ। ਤੇ 7 ਦੀਆਂ 7 ਖੀਰੀਆਂ ਨੇ ਗੀਆਂ। ਠੀਕ ਹੈ ਬਾਈ। ਵੀਡੀਓ ਬਾਈ ਆਪਾਂ ਇਹਨਾਂ ਦੀ ਕੱਲ ਵੀ ਪਾਈ ਸੀਗੀ, ਪਰ ਮੇਨ ਰੀਜ਼ਨ ਕੀ, ਇੱਕ ਬੰਦੇ ਨੇ ਆਪਣਾ ਸੌਦਾ ਹੋਇਆ ਸੀ ਤੇ 1500 ਰੁਪਇਆ ਬਿਆਨਾ ਪਾ ਕੇ ਮੁੜ ਕੇ ਨੇ, ਨਾ ਤਾਂ ਬੰਦੇ ਨੇ ਫੋਨ ਚੱਕਿਆ ਤੇ ਨਾ ਬੰਦਾ ਲੈਣ ਆਇਆ। ਠੀਕ ਹੈ ਯਾਰ, ਜਿਹੜੇ ਬੰਦੇ ਨੇ ਨਹੀਂ ਖਰੀਦਣੀਆਂ ਹੁੰਦੀਆਂ ਨਾ, ਜਾਂ ਕੋਈ ਬਿਆਨਾ ਬੁਨਾ ਪੈ ਜਾਂਦਾ ਉਹਦੀ ਰਹਿ ਢਿੱਲੀ ਹੋ ਜਾਈ ਹੁੰਦੀ ਹੈਗੀ, ਤਾਂ ਬੰਦਾ ਫੋਨ ਚੱਕ ਕੇ ਜਵਾਬ ਦੇ ਦਿਆ ਕਰੇ। ਕਿਉਂ ਆਪਣੇ ਬਾਈ ਵੀਡੀਓ ਦੇ ਪੈਸੇ ਲੱਗਦੇ ਹੈਗੇ, ਹਨਾ, ਤੇ ਨਾਲੇ ਸਮਾਂ ਖਰਾਬ ਹੁੰਦਾ ਤੇ ਨਾਲੇ ਗਾਹਕਾਂ ਨੂੰ ਬਿਨਾਂ ਗੱਲ ਤੋਂ ਜਵਾਬ ਦੇਣਾ ਪੈਂਦਾ। ਸਹੀ ਗੱਲ, ਨਹੀਂ ਇਹ ਬੱਚੀਆਂ ਕੱਲ ਹੀ ਸੇਲ ਹੋ ਜਾਣੀਆਂ ਸੀਗੀਆਂ। ਹਾਂ ਬਾਈ, ਠੀਕ ਹੈ। ਮੁੜ ਕੇ ਬੰਦੇ ਨੇ 1500 ਰੁਪਇਆ ਬਿਆਨਾ ਪਾ ਕੇ ਮੁੜ ਕੇ ਫੋਨ ਨਹੀਂ ਚੱਕਿਆ, ਨਾ ਲੈਣ ਆਇਆ। ਠੀਕ ਹੈ ਵੀ ਬੰਦੇ ਨੇ ਜੇ ਨਹੀਂ ਲੈਣੀਆਂ ਤਾਂ ਅਗਲਾ ਫੋਨ ਚੱਕ ਕੇ ਜਵਾਬ ਦੇ ਦੇ, ਬਾਈ ਨਹੀਂ ਲੈਣੀਆਂ ਆਪਾਂ ਬਿਆਨਾ ਹੀ ਵਾਪਸ ਕਰ ਦਾਂਗੇ। ਸਹੀ ਗੱਲ ਆ ਬਾਈ, ਹਨਾ, ਅੱਗੇ ਵੇਚ ਲੈਂਦਾ ਬੰਦਾ, ਅੱਗੇ ਬੰਦਾ ਫੇਰ ਵੇਚ ਲੈਂਦਾ ਕਿ ਐਵੇਂ, ਫਿਰ ਜਿਵੇਂ ਕਹਿੰਦਾ ਬਿਨਾਂ ਗੱਲ ਤੋਂ ਖੱਜਲ ਖੁਆਰੀ ਜੀ ਹੁੰਦੀ ਹੈਗੀ। ਸਹੀ ਗੱਲ ਆ ਬਾਈ। 7 ਨਾਗ ਆ ਬਾਈ, ਕੱਲ ਦੀ ਵੀਡੀਓ ਕੋਲੇ ਆਪਣੇ ਕੋਲੇ ਇਹ। ਠੀਕ ਹੈ। 2 ਖੀਰੀਆਂ ਸਾਰੀਆਂ, ਪ੍ਰੋਪਰ ਕਾਰਡ ਹੈਗਾ। ਠੀਕ ਹੈ। 3 ਬੱਚੀਆਂ ਡੈਨਮਾਰਕ ਦੀਆਂ ਤੇ 4 ਆਪਣੇ ਕੋਲੇ ABS ਦੀਆਂ ਨੇਗੀਆਂ। ਠੀਕ ਹੈ ਬਾਈ। ਜਿਹੜਾ ਐਨ ਰੇਟ ਦੇਣ ਲੈਣ ਵਾਲਾ ਰੇਟ ਆ ਬਾਈ। ਠੀਕ ਹੈ। ਐਵਰੇਜ ਰੇਟ ਆ ਜਿਹੜਾ ਆਪਾਂ 28,000 ਦੇ ਹਿਸਾਬ ਨਾਲ ਦੇ ਦਾਂਗੇ ਇਹ। ਠੀਕ ਹੈ। ਹਾਂਜੀ। 28,000 ਦੇ ਹਿਸਾਬ ਨਾਲ ਪਰ ਪੀਸ ਦੇ ਦਾਂਗੇ ਬਾਈ। ਕਹਿੰਦਾ ਫੇਸ ਚੰਗਾ, ਪਹਿਲੇ ਨੰਬਰ ਵਾਲੀ ਬੱਚੀ ਚੈੱਕ ਕਰੋ। ਕੁਆਲਿਟੀ ਬਈ ਸਨੋਮੈਨ ਦੀ ਬੱਚੀ ਹੈਗੀ। ਤੇ ਕੁਆਲਿਟੀ ਪੂਰੀ ਚੰਗੀ ਆ ਬੱਚੀ ਦੀ। ਸਹੀ ਗੱਲ ਆ, ਕੁਆਲਿਟੀ ਬਹੁਤ ਚੰਗੀ ਆ ਬੱਚੀ ਦਾ। ਸਟਰਕਚਰ ਬੱਚੀ ਦੀ, ਕੁਆਲਿਟੀ, ਖੜਨ ਦਾ ਸਟਾਈਲ ਬੱਚੀ ਦਾ ਬਹੁਤ ਜ਼ਿਆਦਾ ਚੰਗਾ ਹੈਗਾ। ਖਾਣ ਝੋਲੀ ਚੰਗੀ, ਖਾਣ ਝੋਲੀ ਦੀ ਵੀ ਸਾਫ ਹੈ ਡਾਕਟਰ, 4 ਹੀ ਥਾਂ ਹੋਣਗੇ, ਨਿਸ਼ਾਨ ਵੀ ਹੋਊਗਾ ਜਿਵੇਂ ਦਾ ਤਾਂ। ਤੋਰਾ ਤਾਰਾ ਵੀ ਚੰਗਾ ਨਾ ਬੱਚੀ ਦਾ, ਝੋਲੀ ਚੰਗੀ ਆ ਬਾਈ, ਚੰਗੀ ਆ, ਚੰਗੇ ਸੀਮਣ ਦੀ ਆ, ਮਾਂ ਦਾ ਦੁੱਧ ਵੀ ਬਾਈ ਨੇ ਚੰਗਾ ਦੱਸਿਆ, ਝੋਲੀ ਝੋਲੀ ਬਹੁਤ ਚੰਗੀ ਆ ਡਾਕਟਰ। ਠੀਕ ਹੈ ਜੀ। ਹਾਂ, ਮੁੱਲ ਜਿਹੜਾ 28,000 ਦੇ ਹਿਸਾਬ ਨਾਲ ਪਰ ਪੀਸ ਦੇ ਦੇ, ਸਾਰੇ ਪੀਸ ਇਕੱਠੇ ਦੇ ਇਕੱਠੇ ਗਲੋਗਾ 28,000 ਦੇ ਹਿਸਾਬ ਨਾਲ, ਤੇ ਜੇ ਕੋਈ ਸਿੰਗਲ ਲੈਣੀ ਆ ਤਾਂ ਫੋਨ ਤੇ ਗੱਲਬਾਤ ਹੋ ਜੂਗੀ। ਠੀਕ ਆ ਬਾਈ। ਹਾਂਜੀ। 2 ਨੰਬਰ ਵਾਲੀ ਬੱਚੀ, ਇਹਦੀ ਵੀ ਉਮਰ ਸੇਮ ਜੀ? ਇਹ ਡੈਨਮਾਰਕ ਦੀ ਹੈ ਡਾਕਟਰ। ਠੀਕ ਆ। ਇਹ 11 ਕੁ ਮੰਥ ਦੀ ਏਜ ਹੈਗੀ, 40,432 ਦੀ ਹੈਗੀ ਖੁਦ। ਖਾਣ ਬਹੁਤ ਚੰਗਾ ਯਾਰ ਇਹਦੇ, ਹਨਾ, ਖਾਣ ਬਹੁਤ ਚੰਗਾ ਲੱਗਿਆ, ਰਾਜੀ ਆ, ਗੋਲ ਗੋਲ ਪਈ ਆ, ਫੇਸ ਬੜਾ ਚੰਗਾ ਬਣਾ ਲਈ ਹੈਗੀ ਡਾਕਟਰ। ਐ ਮੰਨ ਕੇ ਚੱਲ ਵੀ ਮਹੀਨੇ ਡੇਢ ਮਹੀਨੇ ਦੇ ਤਕਰੀਬਨ ਮਹੀਨੇ ਦੇ ਵਿੱਚ ਸਾਰੀਆਂ ਬੱਚੀਆਂ ਟੀਕੇ ਲੈ ਜਾਣਗੀਆਂ। ਸਹੀ ਗੱਲ ਆ ਬਾਈ, ਜਾਣ ਜਾਂਦ ਬਥੇਰੀ ਹੈਗੀ, ਪਾਲੀ ਪੁਲੀ ਵੀ ਚੰਗੀ ਹੈਗੀ ਬੱਚੀ। ਸਹੀ ਗੱਲ ਆ ਬਾਈ, ਐਡੀ ਬਾਈ ਬੱਚੀ ਪਾਲਣ ਤੇ ਖਰਚਾ ਬਹੁਤਾ ਜਾਂਦਾ। ਹਾਂਜੀ ਬਾਈ। ਤੇ ਰੇਟ ਜਿਹੜਾ ਜਾਇਜ਼ ਆ ਬਾਈ, ਰੇਟ ਬਿਲਕੁਲ ਜਾਇਜ਼ ਆ ਡਾਕਟਰ ਆਪਣਾ ਜਮਾ। ਜਿਹੜੀ ਆਪਣੇ ਉਹ ਬੱਚੀ ਫਿਰਦੀ ਹੈਗੀ, ਹਾਂਜੀ, ਅਰਮਾਡਾ ਬੋਲਦੀ ਹੈ ABS ਦੀ। ਠੀਕ ਹੈ ਜੀ। ਤੇ ਸਾਰੀਆਂ ਬੱਚੀਆਂ ਦਾ 32-33 ਕਿਲੋ ਦੁੱਧ ਹੈਗਾ, ਇੱਕ ਬੱਚੀ ਆਪਣੇ ਕੋਲ 40-42 ਕਿਲੋ ਵਾਲੀ ਗਾਂ ਦੀ ਬੱਚੀ ਹੈਗੀ। ਠੀਕ ਹੈ। ਅਰਮਾਡਾ ਬੋਲਦੀ ਬੱਚੀ ਹੈਗੀ, 12 ਕੁ ਮੰਥ ਏਜ ਹੈਗੀ, ਥਣ ਵੀ 4 ਆ, ਨਿਸ਼ਾਨ ਵੀ ਨੂੰ ਕਿਸੇ ਦਾ 5ਵੇਂ ਦਾ ਤਾਂ। ਠੀਕ ਹੈ ਬਾਈ। ਤੇ ਸਿੰਗਲ ਪੀਸ ਦਾ ਰੇਟ ਆ ਜਿਹੜਾ ਉਹ ਫੋਨ ਤੇ ਜਿਹਨੇ ਲੈਣਾ ਹੋਇਆ ਫੋਨ ਤੇ ਪੁੱਛ ਲੇ, ਤੇ ਐਵਰੇਜ ਰੇਟ ਆਪਾਂ 28,000 ਦੇ ਹਿਸਾਬ ਨਾਲ ਦੇ ਦਾਂਗੇ। ਠੀਕ ਆ ਬਾਈ। ਆ ਬੱਚੀ ਬਾਈ ਚੱਲੀ ਹੈਗੀ ਫਰੀਡਮ ਬੋਲ ਦੀ ABS ਦੀ। ਠੀਕ ਹੈ। ਹਾਈਟ ਲੈਂਥ ਪੂਰੀ ਫੁੱਲ ਆ, ਦੰਦੋ ਜਮਾ ਕੱਚੀ ਖੀਰੀ ਆ, ਕੱਲ ਆਪਾਂ ਦੰਦੇ ਦੇ ਪੱਟ ਕੇ ਦਿਖਾਏ ਆ ਵੀਡੀਓ 'ਚ। ਥਣ ਝੋਲੀ ਦੀ ਸਾਫ ਆ, ਥਣ 4 ਹੀ ਆ ਨਿਖੜ ਮੇ। ਠੀਕ ਆ। ਹਾਈਟ ਬਹੁਤ ਆ ਯਾਰ ਬੱਚੀ, ਹਾਈਟ ਪੂਰੀ ਫੁੱਲ ਆ, ਹੁਣ ਤੁਸੀਂ ਦੇਖ ਲਓ ਹਾਈਟ ਫੁੱਲ ਆ ਲੈ ਬਾਈ, ਬਰਾਬਰ ਖੜਾ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ, ਕੱਦ ਫੁੱਲ ਆ ਬਾਈ, ਟੀਕੇ ਦੇ ਤੇ ਥੱਲੇ ਥਣ ਝੋਲੀ ਦੇ ਜਿਵੇਂ ਕਹਿੰਦੇ ਪੂਰੀ ਟੌਪ ਦੀ ਦਿਖਾਣ ਆ ਬਾਈ, ਨੇੜ ਤੋਂ ਦਿਖਾਣ ਆ, ਝੋਲੀ ਕਮਾਲ ਦੀ, ਕੀ ਬਾਤ ਆ, ਹਨਾ, ਕੱਲਾ ਕੱਲਾ ਥਣ ਪੂਰੀ ਵਿੱਚ ਕਿਤੇ ਥਣ ਦੇ ਬੈੱਡ ਦੀ ਪੂਰੀ ਚੰਗੀ ਹੈਗੀ। ਸਿੰਗਲ ਇਹਦਾ ਬਾਈ ਜਿਹੜਾ ਦੇਣ ਲੈਣ ਵਾਲਾ ਰੇਟ ਆ ਜਸਨ, ਉਹ 35,000 ਰੁਪਇਆ ਹੈਗਾ। ਠੀਕ ਆ। ਹਾਂਜੀ ਠੀਕ ਆ ਬਾਈ। ਤੇ ਜੇ ਕੋਈ ਇਕੱਠੀਆਂ ਲਊ ਤਾਂ 28,000 ਦੇ ਹਿਸਾਬ ਨਹੀਂ ਦੇ ਦੇਣਾ ਆਪਾਂ। ਠੀਕ ਆ ਬਾਈ। ਹਾਂਜੀ। ਅੱਗੇ ਬਾਈ ਆ, ਅੱਗੇ ਬਾਈ ਆਪਣੀ ਆ ਗਈ ਜੀ 5 ਨੰਬਰ ਤੇ। ਇਹਦੀ ਕਿੰਨੀ ਕੁ ਉਮਰ ਆ?
ਇਹ ਵੀ ਦੰਦੋ ਖੀਰੀ ਹੈਗੀ ਡਾਕਟਰ, ਬਸ 12-13 ਮਹੀਨੇ ਏਜ ਹੈਗੀ, ਏਵੀਐਸ ਦੇ ਸਟਾਈਕਰ ਬਾਲ ਦੀ ਵੱਛੀ ਹੈਗੀ, ਥਣ ਚਾਰ ਜਾਂ ਨਿਸ਼ਾਨ ਵੀ ਹੋਊ ਡਾਕਟਰ, ਚਾਹੇ ਗੱਡੀ ਚ ਪਾਈਆਂ ਵਾਪਸ ਮੋੜ ਦੇ, ਇੱਕ ਵੀ ਵੱਛੀ ਦੇ ਆਪਣੀ ਦੇ ਪੰਜਵੇਂ ਥਣ ਦਾ ਨਿਸ਼ਾਨ ਹੋਇਆ, ਠੀਕ ਆ, ਫੁੱਲ ਕੱਦਾ ਤੇ ਟੀਕੇ ਦੇ ਕਾਬਲ ਆ ਗਈ, ਬਿਲਕੁਲ ਸਟੇਕਰ ਬਹੁਤ ਹੀ ਵੱਛੀ ਹੈ, 32-33 ਕਿਲੋ ਮਾਂ ਦਾ ਰਿਕਾਰਡ ਆ ਗਿਆ ਦੁੱਧ ਦਾ, ਠੀਕ ਆ ਬਾਈ, ਹਾਂਜੀ ਮੁੱਲ ਜਾਇਜ਼ਾ, ਮੁੱਲ ਜਾਇਜ਼ ਬਿਲਕੁਲ, ਜਮਾ 28,000 ਦੇ ਵਿੱਚ ਦੇ ਦਾਂਗੇ, ਠੀਕ ਆ ਬਾਈ, ਹਾਂਜੀ ਅੱਗੇ ਵੀਰੇ ਕਿੰਨੀ ਕੁ ਉਮਰ ਹੈ ਜੀ? ਇਹ ਡਾਕਟਰ 40-35 ਦੀ ਵੱਛੀ ਹੈਗੀ ਡੈਨਮਾਰਕ ਦੀ, ਤੇ ਇਹਦੀ ਵੀ 13 ਮੰਨ ਤੇ ਜਾਏਗੀ, ਠੀਕ ਆ, ਲਗਭਗ ਠੀਕ ਆ, ਕੁਆਲਿਟੀ ਸ਼ਾਈਨਿੰਗ ਤੇ ਬਿਊਟੀ ਵਾਲਾ ਪੱਖ ਬਹੁਤ ਚੰਗਾ, ਥਣ ਚਾਰ ਜਾਂ ਨਿਖੜਵੇਂ ਵੀ ਨੀ ਕੋਈ, ਪੰਜਵੇਂ ਦਾ ਤਾਂ ਹੈਗਾ, ਤੋਰਾ ਤਾਰਾ ਵੀ ਜਿਹੜੀ ਫੇਸ ਦੀ ਬਿਊਟੀ ਹੈਗੀ, ਨੇੜੇ ਤੋਂ ਦਿਖਾ ਦੋ, ਕਮਾਲ ਆ ਹਨਾ, ਫੇਸ ਕਰਮ ਵਾਲੀ ਤਾਂ ਬੜਾ ਚੰਗਾ ਬਈ, ਨੇੜੇ ਤੋਂ ਚੈੱਕ ਕਰ ਲੋ, ਤੋਰਾ ਤਾਰਾ ਵੀ ਚੰਗਾ, ਕੱਦ ਵੱਢ ਚੰਗਾ, ਥਣ ਝੋਲੀ ਦੀਆਂ ਵੀ ਸਾਫ ਆ ਡਾਕਟਰ, ਤੇ ਬੱਚੀ ਕੁਆਲਿਟੀ ਪੱਖੋਂ ਦੇਖ ਲੋ, ਫੇਸ ਫੂਸ ਬੱਚੀ ਦਾ ਬਹੁਤ ਜ਼ਿਆਦਾ ਚੰਗਾ ਗਾ, ਸਹੀ ਗੱਲ ਲੈ, ਐਵਰੇਜ ਰੇਟ ਜਿਹੜੀ ਆਪਾਂ 28,000 ਦੇ ਹਿਸਾਬ ਨਾਲ ਦੇ ਦਾਂਗੇ, 7-7 ਨਾਗ ਮਾਨ ਤਾਨ ਜ਼ਰੂਰ ਹੋ ਜਾਊਗਾ, ਠੀਕ ਆ ਬਾਈ, ਤੇ ਐ ਮੰਨ ਕੇ ਚੱਲੋ ਵੀ 100 ਕਿਲੋਮੀਟਰ ਤੱਕ ਦੀ ਆਪਾਂ ਪਹੁੰਚ ਵੀ ਵਿੱਚ ਕਰ ਦਿਆਂਗੇ ਜੀ, ਫ੍ਰੀ ਹੋ ਜਾਊਗੀ, ਹਾਂਜੀ ਹਾਂਜੀ, ਠੀਕ ਆ ਬਾਈ, 100 ਕਿਲੋਮੀਟਰ ਤੱਕ ਦਾ ਜਿਹੜਾ ਕਿਰਾਇਆ ਫ੍ਰੀ ਹੋ ਜਾਣਾ ਬਈ, ਬੱਚੀਆਂ ਸਾਰੀਆਂ ਚੰਗੀਆਂ, ਮੁੱਲ ਜਾਇਜ਼ਾ ਬਈ, ਮਾਨ ਤਾਨ ਜਿਹੜਾ ਮੌਕੇ ਤੇ ਜ਼ਰੂਰ ਹੋਊਗਾ, ਤੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ, ਬਾਕੀ ਬਾਈ ਦੂਜੀ ਗੱਲ ਆ ਵੀ ਜਿਹੜਾ ਕੋਈ ਬੰਦਾ ਬਿਆਨਾ ਪਾਊਗਾ ਆਨਲਾਈਨ ਹਨਾ, 7 ਨਗ ਲਊਗਾ, 10-20 ਹਜ਼ਾਰ ਤੋਂ ਘੱਟ ਬਿਆਨਾ ਨਾ ਪਾਵੇ, ਐਵੇਂ 1,000-1,500 ਰੁਪਏ ਤੇ ਆਪਾਂ ਬਿਆਨੇ ਤੇ ਨਾ ਅੱਜ ਖੜੀਏ ਤੇ ਨਾ ਕੱਲ੍ਹ ਖੜਨਾ, ਠੀਕ ਆ, ਐਵੇਂ ਬਾਈ ਕੱਚੇ ਜੇ ਬਿਆਨੇ ਪਾ ਕੇ ਮੁੜ ਕੇ ਅਗਲਾ ਫੋਨ ਨੀ ਚੱਕਦਾ, ਉਹਦਾ ਫਾਇਦਾ ਕੋਈ ਨੀਗਾ, 10-20 ਹਜ਼ਾਰ ਜਦੋਂ ਐਡਾ ਸੌਦਾ ਕਰਨ ਅਗਲੇ 10-20 ਹਜ਼ਾਰ ਰੁਪਇਆ ਬਿਆਨਾ ਪਾਵੇ, ਫਿਰ ਤਾਂ ਪੱਕੀ ਗੱਲ ਹੋਊਗੀ, ਜੇ ਕਹਿੰਦੇ ਆ ਮੰਨ ਕੇ ਚੱਲੋ ਵੀ ਅੱਧੀਆਂ ਬੱਚੀਆਂ ਵੀ ਲੈਣੀਆਂ, 4 ਨਗ ਵੀ ਲੈਣੇ, ਤਾਂ ਵੀ 10,000 ਰੁਪਇਆ ਬਿਆਨਾ ਬੰਦਾ ਪਾਵੇ, ਇਹਦੂ ਘੱਟ ਬਿਆਨਾ ਪਾਉਣ ਦਾ ਫਾਇਦਾ ਨੀ, ਬਹੁਤ ਠੀਕ ਹੈ, ਠੀਕ ਹੈ, ਧੰਨਵਾਦ।